ਮਾਂਸਾ ਪੁਲਿਸ ਦਾ ਵਿਵਾਦਿਤ ਥਾਣੇਦਾਰ ਪ੍ਰਿਤਪਾਲ ਸਿੰਘ ਜੇਤ ਦੇ ਉੱਪਰ ਮਾਂਸਾ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਹੱਥ ਸੀ ਉਹਦੇ ਚੱਕਰ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਥਾਂ-ਥਾਂ ਜਵਾਬ ਦੇਣੇ ਪੈ ਰਹੇ ਨੇ ਤੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਵੀ ਸਪਸ਼ਟਿਕਰ ਦੇਣੇ ਪੈ ਰਹੇ ਨੇ ਤੇ ਉਹਦੇ ਵੀ ਮਸਲੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਡੀਜੀਪੀ ਗੌਰਵ ਜਾਦਵ ਵੱਲੋਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕਰ ਦਿੱਤਾ ਗਿਆ ਤੇ 2 ਦਿਨ ਦੇ ਵਿੱਚ ਪੂਰੇ ਮਸਲੇ ਦੀ ਪੜਤਾਲ ਕਰਕੇ ਰਿਪੋਰਟ ਸੌਂਪਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਉਸ ਮਸਲੇ ਦੇ ਨਾਲ ਨਾਲ ਦੱਸਾਂਗੇ ਕਿ ਪ੍ਰਿਤਪਾਲ ਸਿੰਘ ਕਿਵੇਂ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦਾ ਲਾਡਲਾ ਸੀ ਤੇ ਉਸ ਲਾਡਲੇ ਪੁੱਤ ਨੇ ਕਿਵੇਂ ਫਿਰ ਆਪਣੀ ਸਰਕਾਰ ਦੀ ਪੰਜਾਬ ਪੁਲਿਸ ਦੀ ਤੇ ਜਿਨ੍ਹਾਂ ਨੇ ਸਿਰ ਤੇ ਹੱਥ ਰੱਖਿਆ ਸੀ ਉਹਨਾਂ ਦੀ ਕਿਵੇਂ ਫਜ਼ੀਅਤ ਕੀਤੀ ਕਿਵੇਂ ਬਦਨਾਮੀ ਦਾ ਕਾਰਨ ਬਣੀ ਪੰਜਾਬ ਪੁਲਿਸ ਤੇ ਸਰਕਾਰ ਉਹ ਸਾਰੇ ਪਹਿਲੂਆਂ ਤੇ ਤੱਥਾਂ ਦੇ ਆਧਾਰ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਦੱਸ ਦਈਏ ਕਿ ਡੀਜੀਪੀ ਗੌਰਵ ਜਾਦਵ ਵੱਲੋਂ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਉਹਦੇ ਚ ਪਟਿਆਲਾ ਰੇਂਜ ਦੇ ਇਨਸਪੈਕਟਰ ਜਨਰਲ ਆਈਜੀ ਮੁਖਵਿੰਦਰ ਸਿੰਘ ਸ਼ੀਨਾ ਜਿਹੜੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਸੀ ਭਗਵੰਤ ਮਾਨ ਦੀ ਸਰਕਾਰ ਨੇ ਆਉਂਦਿਆਂ ਹੀ ਉਹਦੇ ਆਈਜੀ ਨੇ ਉਪਿੰਦਰਜੀਤ ਸਿੰਘ ਤੇ ਨਾਲ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਜਿਹੜੇ ਡੀਐਸਪੀ ਆ ਵਿਕਰਮਜੀਤ ਸਿੰਘ ਬਰਾੜ ਤੇ ਐਸਐਚਓ ਮਾਨਸਾ ਸਿਟੀ 1 ਨੂੰ ਸ਼ਾਮਲ ਕੀਤਾ ਗਿਆ ਇਹ ਬਣਾਈ ਗਿਆ ਲੇਕਿਨ ਸਭ ਤੋਂ ਪਹਿਲਾਂ ਇਹ ਮਸਲਾ ਕਿ ਜਿਹੜਾ ਵਿਵਾਦਿਤ ਥਾਣੇਦਾਰ ਹੈ ਜਿਹੜਾ ਹੌਲਦਾਰ ਸੀ ਹੌਲਦਾਰ ਤੋਂ ਕਿਵੇਂ ਸਬ ਇੰਸਪੈਕਟਰ ਬਣਾਇਆ ਗਿਆ ਤੇ ਕਿਵੇਂ ਇਹ ਵੱਡੇ ਪੁਲਿਸ ਅਧਿਕਾਰੀਆਂ ਦਾ ਲਾਡਲਾ ਸੀ ਤੇ ਜਿਹੜਾ ਲਾਡਲਾ ਦਾ ਲਾਡਲੇ ਪੁੱਤ ਜਦੋਂ ਵਿਗੜ ਜਾਂਦੇ ਤੇ ਫਿਰ ਪਰਿਵਾਰ ਦੀ ਵੀ ਬਦਨਾਮੀ ਹੁੰਦੀ ਹੈ ਤੇ ਸਰਕਾਰ ਦੀ ਵੀ ਇੱਥੇ ਬਦਨਾਮੀ ਹੋਗੀ ਪੰਜਾਬ ਪੁਲਿਸ ਦੀ ਵੀ ਬਦਨਾਮੀ ਹੋਗੀ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਪਹਿਲਾਂ ਬਰਨਾਲੇ ਰਿਆ ਬਰਨਾਲੇ ਦੇ ਲੋਕਾਂ ਨੇ ਸ਼ੁਕਰ ਮਨਾਇਆ ਸੀ ਕਿ ਜਾਦੇ ਦੀ ਬਦਲੀ ਬਰਨਾਲੇ ਤੋਂ ਮਾਨਸਾ ਕੀਤੀ ਗਈ ਉਹ ਵੀ ਦੱਸਾਂਗੇ ਕਿ ਕਿਉਂ ਬਰਨਾਲਾ ਦੇ ਲੋਕਾਂ ਨੇ ਸ਼ੁਕਰ ਬਣਾਇਆ ਸੀ ਲੇਕਿਨ ਉਸ ਤੋਂ ਪਹਿਲਾਂ ਸਭ ਤੋਂ ਵੱਡੀ ਗੱਲ ਕਿ ਇੱਕ ਹੌਲਦਾਰ ਸੀਏ ਆਰਜੀ ਸਬ ਇੰਸਪੈਕਟਰ ਬਣਾਇਆ ਗਿਆ ਤੇ ਇਹਨੂੰ ਅਫਸਰ ਕਲੋਨੀ ਜਿੱਥੇ ਐਸਐਸਪੀ ਡੀਸੀ ਸੈਸ਼ਨ ਜੱਜ ਜਾਂ ਹੋਰ ਜਿਹੜੇ ਵੱਡੇ ਅਫਸਰ ਰਹਿੰਦੇ ਸੀ ਅਹੁਦੇਦਾਰ ਰਹਿੰਦੇ ਸੀ ਉੱਥੇ ਇਹਨੂੰ ਕੋਠੀ ਕਿਵੇਂ ਲਾਟ ਕੀਤੀ ਗਈ ਹੈ ਅਫਸਰ ਕਲੋਨੀ ਦੇ ਵਿੱਚ ਇੱਕ ਆਰਜੀ ਥਾਣੇਦਾਰ ਜਿਹਦਾ ਅਸਲੀ ਰੈਂਕ ਹੌਲਦਾਰ ਆ ਤੇ ਹੌਲਦਾਰ ਨੂੰ ਕਿਵੇਂ ਕੋਠੀ ਇਹ ਲਾਰਡ ਕੀਤੀ ਗਈ ਇਹ ਵੀ ਇੱਕ ਆਪਣੇ ਆਪ ਚ ਜਾਂਚ ਦਾ ਵਿਸ਼ਾ ਕਿ ਕੌਣ ਲੋਕ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਇਹਦਾ ਨਾਮ ਦੀ ਸ਼ਪਾਰਸ਼ ਕੀਤੀ ਰਿਕਮੈਂਡ ਕੀਤਾ ਸੀ ਇੱਕ ਤੇ ਰਿਕਮੈਂਡ ਕੀਤਾ ਕਿ ਕਿਵੇਂ ਹੌਲਦਾਰ ਤੋਂ ਏਐਸਏਈ ਤੇ ਏਐਸਏਈ ਤੋਂ ਸਬ ਇੰਸਪੈਕਟਰ ਬਣਾਇਆ ਦੂਜਾ ਕਿਵੇਂ ਇਹ ਪਟਿਆਲਾ ਜ਼ੋਨ ਤੋਂ ਬਦਲ ਕੇ ਆਪਣੀ ਬਠਿੰਡਾ ਜ਼ੋਨ ਦੇ ਵਿੱਚ ਬਦਲੀ ਕਰਵਾ ਗਿਆ ਤੇ ਉੱਥੇ ਜਦ ਮਾਨਸਾ ਦੇ ਵਿੱਚ ਲੱਗਾ ਕਿਵੇਂ ਇਹਨੂੰ ਇੱਕ ਸੀਆਈਏ ਦਾ ਇੰਚਾਰਜ ਬਣਾਇਆ ਗਿਆ ਜਦ ਕਿ ਘੱਟੋ ਘੱਟ ਇੰਸਪੈਕਟਰ ਰੈਂਕ ਬਣਾਉਣਾ ਚਾਹੀਦਾ ਲੈਕਿਨ ਇਹਨੂੰ ਇੱਕ ਆਰਜੀ ਤੌਰ ਤੇ ਸਬ ਇਨਸਪੈਕਟਰ ਨੂੰ ਜ਼ਿੰਮੇਵਾਰੀ ਦਿੱਤੀ ਲਾਜ਼ਮੀ ਤੌਰ ਤੇ ਵੱਡੇ ਅਧਿਕਾਰੀਆਂ ਦਾ ਲਾਡਲਾ ਪੋਤਾ ਇਸੇ ਕਰਕੇ ਅੱਜ ਪੰਜਾਬ ਪੁਲਿਸ ਭੁਗਤਤੀ ਫਿਰਦੀ ਆ ਤੇ ਸਰਕਾਰ ਵੀ ਭੁਗਤ ਰਹੀ ਹੈਗੀ ਆ ਕਿ ਇੱਕ ਬੰਦੇ ਦੀ ਗਲਤੀ ਦੇ ਨਾਲ ਕਿਵੇਂ ਥਾਂ ਥਾਂ ਬਦਨਾਮੀ ਹੋ ਰਹੀ ਆ ਹੁਣ ਇਹਨੂੰ ਜਿਹੜੀ ਕੋਠੀ ਲਾਡ ਕੀਤੀ ਓਦੇ ਘੱਟੋ ਘਾਟ ਉੱਤੇ ਡੀਐਸਪੀ ਜਾਂ ਐਸਪੀ ਰੈਂਕ ਦੇ ਅਧਿਕਾਰੀ ਨੂੰ ਕੋਠੀ ਲਾਡ ਹੁੰਦੀ ਆ ਲੇਕਿਨ ਇਹ ਲਾਡਲਾ ਸਰਕਾਰੀ ਕੋਠੀ ਲੈ ਗਿਆ ਅਫਸਰ ਕਲੋਨੀ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਕੋਠੀ ਦੇ ਵਿੱਚ ਰਹਿੰਦਾ ਸੀ ਉਤੋਂ 300 ਮੀਟਰ ਦੇ ਕਰੀਬ ਐਸਐਸਪੀ ਜਿਹੜੇ ਮਾਨਸਾ ਨੇ ਇਸ ਸਮੇਂ ਗੌਰਵ ਤੂਰਾ ਸਾਹਿਬ ਉਹਦੀ ਕੋਠੀ ਸੀ ਔਰ ਜਦ ਪੰਜਾਬ ਪੁਲਿਸ ਨੂੰ ਪਤਾ ਲੱਗ ਗਿਆ ਮਾਨਸਾ ਪੁਲਿਸ ਜਿਹੜੀ ਸੁੱਤੀ ਰਹੀ ਜਿਹਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਕਿਵੇਂ ਚੰਦ ਚਾੜ ਰਿਹਾ ਲਾਜ਼ਮੀ ਤੌਰ ਤੇ ਮਿਲੀ ਭੁਗਤ ਹੋ ਗਈ ਕਿ ਥਾਣੇਦਾਰ ਦੀ ਕੀ ਔਕਾਤ ਆ ਜਾਂ ਕਿ ਐਡਾ ਵੱਡਾ ਉਹ ਆਪਣੇ ਲੈਵਲ ਤੇ ਕਦਮ ਚੱਕ ਲੈ ਕੇ ਕਿਵੇਂ ਗੈਂਗਸਟਰ ਦੇ ਨਾਲ ਉਹਦੀਆਂ ਯਾਰੀਆਂ ਪੈ ਗਈਆਂ ਸੀ ਕੁਛ ਨਾ ਕੁਛ ਤੇ ਇਹਦੇ ਪਿੱਛੇ ਵੱਡੇ ਲੋਕ ਸੀ ਜਿਨ੍ਹਾਂ ਕਰਕੇ ਗੈਂਗਸਟਰ ਜਿਹੜਾ ਦੀਪਕ ਟੀਨੂਆ ਉਹ ਫਰਾਰ ਹੋਇਆ ਕਿਵੇਂ ਉਹਨੂੰ ਭਜਵਾਇਆ ਭਜਾਇਆ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦ ਪਤਾ ਲੱਗ ਗਿਆ ਕਿ ਉਹ ਜਿਹੜਾ ਗੈਂਗਸਟਰ ਆ ਆਪਣੀ ਇੱਕ ਸਹੇਲੀ ਦੇ ਨਾਲ ਭੱਜ ਗਿਆ ਹੈਗਾ ਉਹ ਸਹੇਲੀ ਦਾ ਪ੍ਰਬੰਧ ਦੋਨਾਂ ਜਾਨਾਂ ਦਾ ਰਹਿਸਾਂ ਦਾ ਪ੍ਰਬੰਧ ਇਸ ਥਾਣੇਦਾਰ ਨੇ ਕੀਤਾ ਸੀ ਤੇ ਥਾਣੇਦਾਰ ਦਾ ਜਦ ਪੜਦਾ ਫਾਸ਼ ਹੋ ਗਿਆ ਤੇ ਫਿਰ ਪੰਜਾਬ ਪੁਲਿਸ ਤੇ ਮਾਨਸਾ ਪੁਲਿਸ ਸੁੱਕੀ ਰਹੀ ਉਹਨਾਂ ਨੇ ਜਿਸੇ ਕੋਠੀ ਦੇ ਵਿੱਚ ਰਹਿਦਾ ਰਿਹਾ ਉਸ ਕੋਠੀ ਨੂੰ ਸੀਲ ਨਹੀਂ ਕੀਤਾ ਉਲਟਾ ਇਹ ਜਿਹੜੇ ਸਾਡੇ ਉਥੋਂ ਦੇ ਜਾਣਕਾਰ ਦੱਸ ਰਹੇ ਨੇ ਕਿ ਜਿਹੜਾ ਉਹਨੇ ਘਰ ਆਪਣੇ ਨੌਕਰ ਰੱਖਿਆ ਸੀ ਉਹਦੇ ਜਰੀਏ ਜਿਹੜਾ ਇਤਰਾਜਯੋਗ ਸਮਾਨ ਸੀ ਉਹ ਸਾਰਾ ਉਹ ਲੈ ਕੇ ਫਰਾਰ ਹੋ ਗਿਆ ਜਾਂ ਤੇ ਪ੍ਰਿਤਪਾਲ ਸਿੰਘ ਸਾਹਮਣੇ ਉਸ ਸਮਾਨ ਨੂੰ ਤੇ ਜਾਂ ਜਿਹੜਾ ਘਰ ਦੇ ਵਿੱਚ ਉਹਨੇ ਨੌਕਰ ਰੱਖਿਆ ਸੀ ਉਹ ਸਮਾਨ ਸੰਭਾਲਣ ਦੇ ਵਿੱਚ ਸਭਾਲਣ ਦੇ ਵਿੱਚ ਕਾਮਯਾਬ ਹੋ ਗਏ ਨੇ ਔਰ ਪੁਲਿਸ ਰਿਕਾਰਡ ਦੇ ਵਿੱਚ ਕਿਉਂਕਿ ਨੌਕਰ ਦਾ ਨਾਮ ਨਹੀਂ ਹੁਣਾ ਹਾਲਾਂਕਿ ਜੇ ਕਿਸੇ ਨੇ ਆਪਣੇ ਘਰ ਕੋਈ ਨੌਕਰ ਰੱਖਣਾ ਜਾਂ ਕਿਰਾਏਦਾਰ ਵੀ ਰੱਖਣਾ ਹੋਵੇ ਤੇ ਪੰਜਾਬ ਪੁਲਿਸ ਨੂੰ ਜਾਣਕਾਰੀ ਦੇਣੀ ਪੈਂਦੀ ਹੈ ਕਿ ਮੇਰਾ ਘਰ ਇਸ ਮੇਰੇ ਘਰ ਦੇ ਵਿੱਚ ਆ ਨੌਕਰ ਰਹਿੰਦਾ ਤੇ ਜੇ ਕੋਈ ਕਿਰਾਏਦਾਰ ਰੱਖਦਾ ਤੇ ਕਿਰਾਏਦਾਰਾਂ ਦਾ ਨਾਮ ਵੀ ਦੱਸਣਾ ਪੈਂਦਾ ਲੇਕਿਨ ਇਸ लाडले ਥਾਣੇਦਾਰ ਨੇ ਪਤਾ ਨਹੀਂ ਨਾਮ ਦੱਸਿਆ ਕਿ ਨਹੀਂ ਦੱਸਿਆ ਪਰ ਇਹ ਵੀ ਨਹੀਂ ਪਤਾ ਕਿ ਜਿਹੜਾ ਨੌਕਰ ਆ ਪੰਜਾਬੀ ਆ ਪਹਾੜੀ ਆ ਜਾਂ ਨੇਪਾਲੀ ਆ ਜੇ ਪਹਾੜੀ ਆ ਹੋਇਆ ਤੇ ਕੀ ਪਤਾ ਕਿ ਕਿਹੜੇ ਸੂਬੇ ਦੇ ਜਾ ਕੇ ਬੈਠਾ ਹੋਊਗਾ ਤੇ ਜੇ 네ਪਾਲੀ ਹੈ ਕੀ ਪਤਾ ਬਾਰਡਰ ਕਰਾਸ ਕਰਕੇ 네ਪਾਲ ਵੀ ਪਹੁੰਚ ਗਿਆ ਉਹ ਹੋਵੇ ਪਰ ਪੰਜਾਬ ਪੁਲਿਸ ਮਾਨਸਾ ਪੁਲਿਸ ਸੁੱਤੀ ਰਹੀ ਉਹਨਾਂ ਨੇ ਉੱਥੇ ਜਿਹੜੀ ਕੋਠੀ ਮਿਲੀ ਸੀ ਉਹ ਸੀਲ ਹੀ ਕੀਤੀ ਹੈਗੀ ਤੇ ਬਹੁਤ ਸਾਰਾ ਇਤਰਾਜਯੋਗ ਸਮਾਨ ਸੀ ਉਹ ਵੀ ਪੁਲਿਸ ਦੇ ਹੱਥੋਂ ਨਿਕਲ ਗਿਆ ਪਰ ਹੋ ਸਕਦਾ ਹੈ ਕਿ ਉੱਥੇ ਹਥਿਆਰ ਵੀ ਹੋਣ ਜਾਂ ਹੋਰ ਇਤਰਾਜਯੋਗ ਸਮਗਰੀ ਹੋਵੇ ਜਾਂ ਕਾਨੂੰਨਨ ਤੌਰ ਤੇ ਹਥਿਆਰ ਹੋਵੇ ਜਾਂ ਗੈਰ ਕਾਨੂੰਨਨ ਤੌਰ ਤੇ ਹਥਿਆਰ ਹੋਵੇ ਉਹ ਹੁਣ ਪੁਲਿਸ ਕੁਝ ਵੀ ਕਹਾਣੀ ਬਣਾ ਸਕਦੀ ਆ ਕਿਉਂਕਿ ਪੁਲਿਸ ਕੁਝ ਵੀ ਕਰ ਸਕਦੀ ਪੰਜਾਬ ਪੁਲਿਸ ਹੁਣ ਸਮਾਨ ਤੇ ਗਾਇਬ ਹੋ ਗਿਆ ਤੇ ਜਿਹੜੇ ਨੌਕਰ ਸੀ ਉਹ ਵੀ ਫਰਾਰ ਹੋ ਗਏ ਉਹ ਵੀ ਗਾਇਬ ਹੋ ਗਏ ਨੇ ਉਹ ਹੁਣ ਲੱਭਦੇ ਜਾਂ ਨਹੀਂ ਲੱਭਦੇ ਤੇ ਹੁਣ ਜਿਹੜੀ ਨਵੀਂ ਟੀਮ ਬਣ ਗਈ ਨੇ ਇਸ ਮਸਲੇ ਦੀ ਉਹ ਕੰਮ ਦੇਖਣਗੇ ਹੁਣ ਸ਼ਾਇਦ ਇਸੇ ਕਰਕੇ ਉਹਨੇ ਆਪਣਾ ਜਿਹੜਾ ਇਤਰਾਜਯੋਗ ਸਮਾਨ ਸੀ ਉਹ ਸੰਭਾਲ ਲਿਆ ਇਸੇ ਕਰਕੇ ਜਦੋਂ ਮੈਡੀਕਲ ਕਰਾਉਣ ਗਏ ਹੀ ਨਾ ਮਾਨਸਾ ਪੁਲਿਸ ਨੇ ਹੱਥ ਕੜੀ ਲਈ ਤੇ ਉਹ ਵੀ ਸੀਨਾ ਚੌੜਾ ਕਰਕੇ ਮੈਡੀਕਲ ਕਰਾਉਣ ਵੇਲੇ ਗੱਡੀ ਚ ਆਉਂਦਾ ਜਾਂਦਾ ਬੈਠਦਾ ਲੋਕਾਂ ਨੂੰ ਦਿਖਾਈ ਦਿੱਤਾ ਕਿਵੇਂ ਵੀਡੀਓ ਵਾਇਰਲ ਹੋਈ ਕੋਈ ਉਹਦੇ ਮੱਥੇ ਤੇ ਕੋਈ ਇਦਾਂ ਦਾ ਪਛਤਾਵਾ ਨਹੀਂ ਸੀ ਨਾ ਹੀ ਉਹਦੀ ਤੋਰ ਦੇ ਵਿੱਚ ਨਾ ਹੀ ਸਲੀਕੇ ਦੇ ਵਿੱਚ ਕਿਉਂਕਿ ਲਾੜਲਾ ਪੋਤਾ ਜਿਹਦੇ ਜੋ ਲਾੜਲੇ ਪੁੱਤ ਚੰਦ ਚਾੜਦੇ ਆ ਗਏ ਨੇ ਤੇ ਫਿਰ ਕੌਣ ਉਹਨਾਂ ਦਾ ਕੋਈ ਮਾਜਦਾ ਲਾਲ ਵਾਲਵਿੰਗਾ ਕਰ ਸਕਦਾ ਹੈਗਾ ਪਰ ਉਹਦਾ ਜਦੋਂ ਦੇਖਣ ਦੀ ਤੋਰ ਸੀ ਮੜਕ ਸੀ ਇਦਾਂ ਲੱਗਦਾ ਸੀ ਉਹਨੂੰ ਕੋਈ ਪਛਤਾਵਾ ਨਹੀਂ ਹੈ ਸੀਨਾ ਪੂਰਾ ਚੌੜਾ ਕਰਕੇ 52 ਇੰਚ ਦਾ ਘੁੰਮ ਰਿਹਾ ਸੀ ਹੱਥ ਘੜੀ ਨਹੀਂ ਲੱਗੀ ਮਾਨਸਾ ਪੁਲਿਸ ਨੇ ਕਿਉਂ ਨਹੀਂ ਲਗਾਈ ਕਾਨੂੰਨ ਕੀ ਕਹਿੰਦਾ ਹੈਗਾ ਜੇ ਨਹੀਂ ਲਗਾਈ ਤੇ ਮਤਲਬ लाਡਲਾ ਪੋਤਾ ਜੇ ਕਾਨੂੰਨ ਦੇ ਵਿੱਚ ਹੈ ਕਿ ਲਗਾਉਣੀ ਬੰਦੀ ਹੈ ਤੇ ਲਗਾਈ ਜਾ ਸਕਦੀ ਹੈ ਪਰੇ ਹੁਣ ਪੁਲਿਸ ਨੂੰ ਦੱਸਣਾ ਪਏਗਾ ਹੁਣ ਉਸ ਏਰੀਏ ਦੇ ਵਿੱਚ ਜਿੱਥੇ ਕੋਠੀ ਚ ਰਹਿੰਦਾ ਰਿਹਾ ਉਸ ਏਰੀਏ ਚ ਸੀਸੀਟੀਵੀ ਕੈਮਰੇ ਨੇ ਲੱਗੇ ਆਗੇ ਨੇ ਪਤਾ ਲੱਗਾ ਜਿਹੜੇ ਦੱਸਦੇ ਨੇ ਲੋਕ ਕਿ ਮਾਨਸਾ ਪੁਲਿਸ ਨੇ ਹੁਣ ਉਹ ਕੈਮਰੇ ਦੇ ਡੀਵੀਆਰ ਹੁੰਦੇ ਜਿਹਦੇ ਸਾਰੀ ਰਿਕਾਰਡਿੰਗ ਹੁੰਦੀ ਆ ਉਹ ਆਪਣੇ ਕਬਜ਼ੇ ਵਿੱਚ ਲੈ ਲਈ ਆ ਹੁਣ ਇਹ ਵੀ ਦੱਸ ਦੇ ਕਿ ਇਸ ਥਾਣੇਦਾਰ ਨੇ ਮਾਨਸਾ ਪੁਲਿਸ ਦੇ ਵੱਡੇ ਵੱਡੇ ਅਧਿਕਾਰੀਆਂ ਦਾ ਤੇ ਪ੍ਰੋਸਾ ਜਿੱਤ ਲਿਆ ਸੀ ਕਿ ਉਹ ਤੁਹਾਨੂੰ ਕੋਈ ਵੱਡੀ ਕਾਮਯਾਬੀ ਹਾਸਲ ਕਰਕੇ ਦਿਖਾਏਗਾ ਕਿਉਂਕਿ ਮਸਲਾ ਇਹ ਹੈ ਕਿ ਉਹਨੂੰ ਲੱਗਦਾ ਜੇ ਮੈਂ ਹੌਲਦਾਰ ਤੋਂ ਏਸੀ ਬਣ ਗਿਆ ਫਿਰ ਸਬ ਇਨਸਪੈਕਟਰ ਬਣ ਗਿਆ ਤੇ ਤਿੰਨ ਸਟਾਰ ਵੀ ਮੋਢੇ ਤੇ ਲੱਗ ਜਾਣਗੇ ਪਰ ਚੋਰਾਂ ਨੂੰ ਪਾਗੇ ਮੋਹਰ ਉਹ ਗੈਂਗਸਟਰ ਆਪਣੀ ਸੇਲੀ ਦੇ ਨਾਲ ਭੱਜ ਗਿਆ ਤੇ ਹੁਣ ਜਿਹੜੇ ਇਹ ਨੂੰ ਮੀ ਸੀ ਕਿ ਮੈਂ ਹੌਲਦਾਰ ਤੋਂ ਏਐਸਆਈ ਫਿਰ ਸਬ ਇਨਸਪੈਕਟਰ ਤੇ ਹੁਣ ਮੇਰੇ ਮੋਢੇ ਤੇ ਸਟਾਰ ਲੱਗਣੇ ਜਿਹੜੇ ਦੋ ਲਵਾਏ ਸੀ ਯਾਰ ਜੀ ਤੌਰ ਤੇ ਹੁਣ ਤੇ ਉਹ ਵੀ ਪੱਕੇ ਤੌਰ ਤੇ ਉਤਰ ਗਏ ਨੇ ਮਕਦਮਾ ਵੀ ਦਰਜ ਹੋ ਗਿਆ ਨੌਕਰੀ ਤੋਂ ਵੀ ਡਿਸਮਿਸ ਹੋ ਗਿਆ ਔਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਮਾਨਸਾ ਹੁਣ ਦਿੱਲੀ ਪੁਲਿਸ ਵੀ ਪਹੁੰਚ ਚੁੱਕੀ ਆ ਉਹਨਾਂ ਨੇ ਵੀ ਅੱਜ ਇਹਦੀ ਪੁੱਛ ਪੜਤਾਲ ਕੀਤੀ ਹੈਗੀ ਆ ਕਿਉਂਕਿ ਇਹ ਗੈਂਗਸਟਰ ਜਿਹੜਾ ਦੀਪਕ ਟੀਨੂ ਆ ਇਹ ਤਿਆੜ ਜੇਲ ਤੋਂ ਹੀ ਲਿਆਂਦਾ ਸੀ ਤੇ ਉਹ ਤਿਆੜਜੇਲੋਂ ਦਿੱਲੀ ਪੁਲਿਸ ਦੇ ਅੰਡਰ ਆ ਗਈ ਤੇ ਇੱਕ ਸਪੈਸ਼ਲ ਜਿਹੜੀ ਉੱਥੋਂ ਦੀ ਜਿਹੜੀ ਬ੍ਰਾਂਚ ਆ ਜਿਹਦੇ ਮੁਖੀ ਹਰਗੋਬਿੰਦ ਸਿੰਘ ਢਾਲੀਵਾਲ ਨੇ ਉਹ ਜਾਂਚ ਕਰ ਰਹੇ ਨੇ ਕਿਉਂਕਿ ਬਹੁਤ ਸਾਰੀ ਉਹਨਾਂ ਨੇ ਵੀ ਜਾਂਚ ਕੀਤੀ ਆ ਪੰਜਾਬ ਪੁਲਿਸ ਵਾਲੇ ਤੇ ਉਧਾਰ ਦੇ ਤੌਰ ਤੇ ਟ੍ਰਾਂਨਜ਼ਿਸਟਰ ਮੰਗ ਦੇ ਨਾਲ ਹੀ ਗੈਂਗਸਟਰ ਲਿਆਉਂਦੇ ਰਹੇ ਨੇ ਉਹ ਵੀ ਦਿੱਲੀ ਦੀ ਸਪੈਸ਼ਲ ਬ੍ਰਾਂਚ ਪਹੁੰਚ ਚੁੱਕੀ ਆ ਉਹਨਾਂ ਨੇ ਵੀ ਥਾਣੇਦਾਰ ਜਿਹੜਾ ਬਵਾਦ ਹੈ ਤਾਂ ਪੁੱਛ ਪੜਤਾਲ ਕੀਤੀ ਕਿ ਆਖਰ ਕੀ ਵਜ੍ਹਾ ਉਹ ਪਿੰਡ ਉੱਥੇ ਮੂਸੇ ਵੀ ਗਏ ਨੇ ਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਬਲਕੌਰ ਸਿੰਘ ਸਿੱਧੂ ਤੇ ਮਾਤਾ ਚਰਨਕੌਰ ਦੇ ਨਾਲ ਜੋ ਸਾਡੇ ਜਾਣਕਾਰ ਦੱਸ ਰਹੇ ਹੁਣ ਸਭ ਤੋਂ ਵੱਡੀ ਗੱਲ ਸਵਾਲ ਆ ਮਾਨਸਾ ਪੁਲਿਸ ਤੇ ਖੜੇ ਹੋ ਰਹੇ ਨੇ ਪੰਜਾਬ ਦੇ ਵਿੱਚ ਕਿ ਦੀਪਕ ਜਿਹੜਾ ਗੈਂਗਸਟਰ ਆ ਟੀਨੂ ਇਹਨੂੰ ਵਾਰ-ਵਾਰ ਮਾਨਸਾ ਕਿਉਂ ਲਿਆਂਦਾ ਗਿਆ ਹੈਗਾ ਔਰ ਸਭ ਤੋਂ ਵੱਡੀ ਗੱਲ ਕਿ ਸਭ ਤੋਂ ਪਹਿਲਾਂ ਇਹ ਧਿਆੜ ਜੇਲ੍ਹ ਦੇ ਵਿੱਚ ਧਿਆੜ ਤੋਂ ਟ੍ਰਾਂਨਜ਼ਿਟਰ ਰਿਮਾਰਡ ਚ ਇੱਥੇ ਲਿਆਂਦਾ ਗਿਆ ਤੇ ਫਿਰ ਪੰਜਾਬ ਚ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਅਨੇ ਕਤਲ ਹੋਏ ਨੇ ਜਿਹਦੇ ਚ ਅਜੇ ਤੱਕ ਪੁਲਿਸ ਦੇ ਹੱਥ ਕੋਈ ਗੁੱਥੀ ਸੁਲਝੀ ਨਹੀਂ ਆ ਗਈ ਜਿੰਨਾਂ ਨੂੰ ਅਸੀਂ ਅੰਨੇ ਕਤਲ ਆਖਿਆ ਜਾਂਦਾ ਹੈਗਾ ਉਸ ਬਲਾਈਂਡ ਮਰਡਰ ਕੇਸ ਦੇ ਵਿੱਚ ਇੱਕ ਵਾਰੇ ਕਪੂਰਥੱਲੇ ਤੋਂ ਲੈ ਕੇ ਆਏ ਫਿਰ ਇੱਕ ਬਹਾਦਰਗੜ ਦੇ ਵਿੱਚ ਕੇਸ ਕਤਲ ਕੇਸ ਹੋਇਆ ਉੱਥੋਂ ਲੈ ਕੇ ਆਏ ਨੇ ਫਿਰ ਸਰਦੂਰਗੜ ਦੇ ਵਿੱਚ ਇੱਕ ਕਤਲ ਕੇਸ ਉਸ ਮਸਲੇ ਦੇ ਵਿੱਚ ਇਹਨੂੰ ਲਿਆਂਦਾ ਗਿਆ ਚਾਰ ਵਰ੍ਹੇ ਦੇ ਕਰੀਬ ਇਸ ਗੈਂਗਸਟਰ ਨੂੰ ਲਿਆਂਦਾ ਗਿਆ ਮਾਨਸੇ ਔਰ 29 ਮਈ ਨੂੰ ਸਭ ਤੋਂ ਪਹਿਲਾਂ ਜਿਹੜਾ ਸਿੱਧੂ ਮੂਸੇਵਾਲਾ ਦਾ ਮਰਡਰ ਹੁੰਦਾ ਉਸ ਤੋਂ ਬਾਅਦ ਇਹਨੂੰ ਧਿਆੜ ਦੇਲ ਤੋਂ ਲਿਆਂਦਾ ਜਾਂਦਾ ਹੈਗਾ ਲੇਕਿਨ ਵਾਰ-ਵਾਰ ਪੁਲਿਸ ਨੇ ਬਾਕੀ ਜਿਹੜੇ ਅਣਗੁੱਥੀਆਂ ਸੁਲਝੀਆਂ ਸੀ ਕਿਸ ਕਤਲ ਕੇਸ ਦੇ ਉਹਦੇ ਵਿੱਚ ਕਿਉਂ ਲਿਆਂਦਾ ਕੋਈ ਵੱਡੀ ਗੇਮ ਸੀ ਜਾਂ ਹੁਣ ਹੌਲੀ-ਹੌਲੀ ਪੜਦਾ ਫਾਸ਼ ਹੋਇਆ ਹੁਣ ਜਿਹੜੇ ਇਹ ਵੀ ਸਾਡੇ ਜਾਣਕਾਰ ਦੱਸਦੇ ਨੇ ਕਿ ਜਿਹੜਾ ਗੈਂਗਸਟਰ ਦੀਪਕ ਟੀਨੂ ਆ ਜਿਹੜਾ ਫਰਾਰ ਹੋ ਗਿਆ ਪੁਲਿਸ ਦੀ ਮਦਦ ਦੇ ਨਾਲ ਉਸ ਸਪੋਰਸ ਦਾ ਜਿਹੜਾ ਥਾਣੇਦਾਰ ਜਿਹੜਾ ਮਦਦਗਾਰ ਸਾਬਤ ਹੋਇਆ ਉਹਦੇ ਪਿੱਛੇ ਕੌਣ ਕੌਣ ਨੇ ਉਹਨਾਂ ਦੇ ਨਾਮ ਵੀ ਜਨਤਕ ਹੋਣੇ ਚਾਹੀਦੇ ਨੇ ਕਿ ਪੁਲਿਸ ਦੇ ਵਿੱਚ ਸਿਰਫ ਇਹ ਇੱਕ ਕਾਲੀ ਭੇਡ ਸੀ ਪ੍ਰਿਤਪਾਲ ਸਿੰਘ ਜਾਂ ਬਹੁਤ ਸਾਰੀਆਂ ਕਾਲੀਆਂ ਭੇਡਾਂ ਨੇ ਉਹ ਕਾਲੀਆਂ ਭੇਡਾਂ ਵੀ ਜਨਤਕ ਹੋਣੀਆਂ ਚਾਹੀਦੀਆਂ ਲੋਕਾਂ ਨੂੰ ਪਤਾ ਲੱਗੇ ਕਿ ਵਰਦੀ ਵਾਲੇ ਜਿਹੜੇ ਆ ਬਾਹਰ ਤੇ ਖਾਕੀ ਵਰਦੀਏ ਜਿਹੜੇ ਅੰਦਰ ਇਹਨਾਂ ਦਾ ਜਿਹੜੇ ਗੁੰਡੇ ਕਿੰਨੇ ਨੇ ਪੁਲਿਸ ਵਾਲੇ ਉਹ ਵੀ ਜਗਜਾਰ ਹੋਣੇ ਚਾਹੀਦੇ ਜਿਹੜੇ ਸਮਾਜ ਦੇ ਗੈ ਵਿਰੋਧੀ ਅੰਸਰਾਂ ਦੇ ਨਾਲ ਮਿਲੇ ਹੋਏ ਨੇ ਜਿਹੜੇ ਗੈਰ ਸਮਾਜਿਕ ਅੰਸਰਾਂ ਦੇ ਨਾਲ ਮਿਲੇ ਹੋਏ ਨੇ ਇੱਕ ਤੇ ਗੈਂਗਸਟਰ ਹੁੰਦੇ ਨੇ ਕਿ ਪੁਲਿਸ ਵਾਲੇ ਗੈਂਗਸਟਰ ਵੀ ਹੈ ਕਿਸੇ ਕਿਸੇ ਪੁਲਿਸ ਵਾਲੇ ਗੈਂਗਸਟਰ ਤੋਂ ਘੱਟ ਨਹੀਂ ਆਗਾ ਇਹ ਜਿਹੜਾ ਪ੍ਰਿਤਪਾਲ ਸਿੰਘ ਤੇ ਇਹਦੇ ਪਿੱਛੇ ਕੌਣ-ਕੌਣ ਨੇ ਉਹ ਵੀ ਨਾਮਜਨਤਕ ਹੋਣੇ ਚਾਹੀਦੇ ਨੇ ਹੁਣ ਮੰਨਿਆ ਜਾਰ ਹੈ ਕਿ ਜਿਹੜੀ ਕੁੜੀ ਦੇ ਨਾਲੇ ਫਰਾਰ ਹੋਇਆ ਉਹ ਹਰਿਆਣੇ ਦੀ ਰਹਿਣ ਵਾਲੀ ਆ ਤੇ ਉਹ ਕਿਵੇਂ ਇੱਥੇ ਆਈ ਕਿਵੇਂ ਉਹਨੂੰ ਮਿਲਾਇਆ ਗਿਆ ਉਹਨੇ ਕੀ ਸੌਦੇਬਾਜ਼ੀ ਕੀਤੀ ਹੈ ਦੀਪਕ ਟੀਨੂ ਨੇ ਜਾ ਉਹ ਸ ਕੁੜੀ ਨੇ ਕੀ ਸੌਦੇਬਾਜ਼ੀ ਕੀਤੀ ਕੀਤੀ ਆ ਗਿਆ ਕਿਨੂੰ ਕਿਨੂੰ ਪੈਸੇ ਖਲਾਏ ਨੇ ਇਹ ਸਭ ਤੋਂ ਵੱਡੀ ਗੱਲ ਆ ਕਿ ਉਹ ਔਰ ਸਭ ਤੋਂ ਵੱਡੀ ਗੱਲ ਕਿ ਇਹ ਜਿਹੜਾ ਵਿਚੋਲਾ ਬਣਿਆ ਹੈਗਾ ਪ੍ਰਿਤਪਾਲ ਸਿੰਘ ਪੁਲਿਸ ਦੇ ਰੂਪ ਵਿੱਚ ਜਿਹੜਾ ਇਹ ਖੁਦ ਇੱਕ ਗੈਂਗਸਟਰ ਜਾਂ ਬਦਮਾਸ਼ ਆ ਉਹ ਜਿਹੜਾ ਸਾਬਤ ਹੋ ਚੁੱਕਾ ਹੈ ਕਿ ਜੇ ਤੁਸੀਂ ਕਿਸੇ ਗੈਰ ਸਮਾਜੀ ਅਨਸਰ ਦਾ ਸਾਥ ਦਿੰਦੇ ਮੰਨਿਆ ਕਿ ਤੁਸੀਂ ਵੀ ਦੋਸ਼ੀ ਉਭਾਗੀਦਾਰ ਹੋ ਤੇ ਕਾਨੂੰਨ ਦੇ ਮੁਤਾਬਕ ਜੇ ਗੈਂਗਸਟਰ ਦੀਪਕ ਟੀਨੂ ਆ ਤੇ ਇਹ ਵੀ ਉਹਨਾਂ ਹੀ ਬਣ ਚੁੱਕਾ ਕਿਉਂਕਿ ਤੁਸੀਂ ਮਦਦਗਾਰ ਤੁਸੀਂ ਪਨਾਹ ਨਹੀਂ ਦਿੱਤੀ ਉਲਟਾ ਮਦਦ ਕੀਤੀ ਹੈ ਕਾਨੂੰਨ ਦੇ ਖਿਲਾਫ ਤੁਸੀਂ ਜਾ ਕੇ ਭੁਗਤਿਓ ਔਰ ਇਹ ਜਿਹੜੀ ਕੁੜੀ ਹੈ ਇੱਕ ਮਾਨਸਿਕ ਕਿੰਨੀ ਵਾਰ ਆਈ ਹੈ ਕਿਹਦੇ ਥਰੂ ਮਿਲੀ ਹੈਗੀ ਆ ਸਭ ਤੋਂ ਪਹਿਲਾਂ ਕੀ ਇਸ ਨੂੰ ਮਿਲੀ ਹੈਗੀ ਥਾਣੇਦਾਰ ਨੂੰ ਥਾਣੇਦਾਰ ਦੇ ਨਾਲ ਕਿਵੇਂ ਦੋਸਤੀ ਪਈ ਤੇ ਉਹ ਜਿਹੜਾ ਗੈਂਗਸਟਰ ਹੈ ਦੀਪਕ ਟੀਨੂ ਉਹ ਕਿੰਨੀ ਵਾਰ ਮਿਲਿਆਗਾ ਇਹ ਜਿਹੜਾ ਪ੍ਰਿਤਪਾਲ ਸਿੰਘ ਜਿਹੜਾ ਮਾਨਸਾ ਪੁਲਿਸ ਦਾ ਸੀਆਈ ਇੰਚਾਰਜ ਇਹਦੇ ਹੁਣ ਤੱਕ ਪੁਲਿਸ ਨੇ ਖਾਤੇ ਫਰੋਲੇ ਨੇ ਕਿ ਇਹਦੇ ਖਾਤਿਆਂ ਦੇ ਵਿੱਚ ਪਹਿਲਾਂ ਕਿੰਨੇ ਪੈਸੇ ਸੀ ਤੇ 29 ਮਈ ਤੋਂ ਲੈ ਕੇ ਹੁਣ ਤੱਕ ਇਹਦੇ ਖਾਤਿਆਂ ਦੇ ਵਿੱਚ ਕਿੰਨੇ ਪੈਸੇ ਨੇ ਜਾਂ ਕੀ ਇਹਨੇ ਬਾਹਰਤ ਨਹੀਂ ਪੈਸੇ ਭੇਜਿਆਗੇ ਜਾਂ ਕੀ ਇਹਦੇ ਜਿਹੜੇ ਧੀਆਂ ਪੁੱਤੋਂ ਬਾਹਰ ਕੈਨੇਡਾ ਤੇ ਰਹਿੰਦੇ ਉਹਨਾਂ ਦੇ ਖਾਤੇ ਫਰੋਲੇ ਨੇ ਕਿ ਉਹਨਾਂ ਦੇ ਖਾਤਿਆਂ 'ਚ ਪੈਸੇ ਗਏ ਕਿ ਨਹੀਂ ਗਏ ਸਾਰੇ ਜਾਂਚ ਦਾ ਵਿਸ਼ਾ ਲੇਕਿਨ ਸਾਡੇ ਜਿਹੜੇ ਜਾਣਕਰ ਪੰਜਾਬ ਪੁਲਿਸ ਦੇ ਵਿੱਚ ਉਹ ਇਹ ਦੱਸਦੇ ਨੇ ਕਿ ਦੀਪਕ ਟੀਨੂ ਦੀ ਇੱਕ ਜਿਹੜੀ دوست ਆ ਉਹ ਪੰਜਾਬ ਪੁਲਿਸ ਦੀ ਇੱਕ ਕਰਮਚਾਰੀ ਵੀ ਰਹਿ ਚੁੱਕੀ ਆ ਮੰਨਿਆ ਜਾ ਰਿਹਾ ਹੈ ਕਿ ਉਹ ਜਿਹੜੀ ਜਾਂ ਅੰਮ੍ਰਿਤਸਰ ਦੀ ਉਹਦੀ ਡਿਊਟੀ ਸੀ ਜਾਂ ਫਿਰੋਜ਼ਪੁਰ ਦੇ ਵਿੱਚ ਪਰ ਇਹ ਪੱਕਾ ਦੱਸਿਆ ਜਾ ਰਿਹਾ ਨੇ ਜਿਹੜੇ ਜਾਣਕਰ ਦੱਸਦੇ ਨੇ ਕਿ ਉਹ ਪੁਲਿਸ ਕੰਟਰੋਲ ਰੂਮ ਦੇ ਵਿੱਚ ਕੰਮ ਕਰਦੀ ਆ ਹੁਣ ਇੱਕ ਪੁਲਿਸ ਕੰਟਰੋਲ ਵਿੱਚ ਕੰਮ ਕਰਦੀ 65 ਦੇ ਜਿਹੜੇ ਰਿਸ਼ਤੇ ਨੇ ਉਹ ਇੱਕ ਗੈਂਗਸਟਰ ਦੀਪਕ ਟੀਨੂ ਦੇ ਨਾਲ ਸੀ ਜਿਹੜਾ ਬੰਦਾ ਪੁਲਿਸ ਕੰਟਰੋਲ ਰੂਮ ਵਿੱਚ ਬੈਠ ਕੇ ਸਾਰੇ ਦਿਨ ਦੀ ਤਾਨੂੰ ਜਾਣਕਾਰੀ ਮਿਲਦੀ ਉਹ ਲਾਜ਼ਮੀ ਤੌਰ ਤੇ ਜਾਣਕਾਰੀ ਵੀ ਉਹ ਕੁੜੀ ਲੀਕ ਕਰਦੀ ਹੋ ਜਿਹੜੀ ਲੇਡੀ ਪੁਲਿਸ ਜਿਹੜੀ ਜਿਹਨੂੰ ਮਹਿਲਾ ਸਿਪਾਈ ਕਿਹਾ ਜਾਂਦਾ ਹੈਗਾ ਉਹ ਕੀ ਪਤਾ ਉਹਨੇ ਕਿਸ ਕਿਸ ਬੰਦੇ ਨੂੰ ਜਾਣਕਾਰੀ ਸਾਂਝੀ ਦਿੱਤੀ ਹੋ ਜਦੋਂ ਡਿਊਟੀ ਤੇ ਬੈਠਦੇ ਹੋਗੇ ਕੀ ਕੁਝ ਨੋਟ ਕਰਦੀ ਹੋਏਗੀ ਕਿਉਂਕਿ ਪੁਲਿਸ ਕੰਟਰੋਲ ਰੂਮ ਤੇ ਤੁਹਾਨੂੰ ਦਿਨ ਭਰ ਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਮਿਲਦੀਆਂ ਕਿਹਦਾ ਫੋਨ ਆਇਆ ਕਿੰਨੀ ਗੱਲ ਕੀਤੀ ਕੌਣ ਸੀ ਕੀ ਕੰਮ ਸੀ ਕੀ ਮਕਸਦ ਸੀ ਇਹ ਵੀ ਮੰਨਿਆ ਜਾ ਰਿਹਾ ਹੈਗਾ ਕਿ ਉਹ ਕੁੜੀ ਦੀ ਵੀ ਪੁਲਿਸ ਤਲਾਸ਼ਕਾਰੀ ਹੈ ਕਿ ਮਹਿਕਮੇ ਦੇ ਵਿੱਚ ਇੱਕ ਤੇ ਕਾਲੀ ਭੇੜ ਪ੍ਰਿਤਪਾਲ ਸਿੰਘ ਨਿਕਲਿਆ ਤੇ ਜਿਹੜੀ ਇਹ ਮਹਿਲਾ ਪੁਲਿਸੀ ਇਹ ਕਿੱਥੋਂ ਦੀ ਰਹਿਣ ਵਾਲੀ ਉਹਦਾ ਨਾਮ ਕੀ ਆ ਉਹਦੀ ਕੀ ਸਰਵਿਸ ਆ ਉਹਦੇ ਪੈਸੇ ਕਿੰਨੇ ਨੇ ਖਾਤਿਆਂ 'ਚ ਕਿੰਨੇ ਪੈਸੇ ਨੇ ਉਹਦਾ ਪਿਸ਼ੋਕੜ ਕੀ ਆ ਮਹਿਕਮੇ 'ਚ ਕਦੋਂ ਭਰਤੀ ਇਹ ਸਾਰੀ ਪਰਚੋਲ ਕੀਤੀ ਜਾ ਰਹੀ ਆ ਹੁਣ ਜਿਹੜਾ ਵਿਵਾਦਿਤ ਥਾਣੇਦਾਰ ਆ ਜਿਹੜਾ ਮਦਦਕਾਰ ਜਾਂ ਕਹਿ ਲੋ ਜਿਹੜਾ ਵਿਚੋਲਾ ਬਣਿਆ ਜਾਂ ਭਜੌਣ ਦੇ ਵਿੱਚ ਕਾਮਜਾਬ ਰਿਹਾ ਇਹ ਜਦ ਬਰਨਾਲੇ ਪੋਸਟਿੰਗ ਰਹੀ ਹੈ ਦੀ ਤਿੰਨ ਚਾਰ ਚੌਕੀਆਂ ਦਾ ਇੰਚਾਰਜ ਰਿਹਾ ਪਲਵਾਨ ਚੌਕੀ ਜਾਂ ਦੂਜੀ ਚੌਕੀ ਦੇ ਵਿੱਚ ਉੱਥੇ ਕਹਿੰਦੇ ਕਿ ਬਹੁਤ ਸਾਰੇ ਅੱਜ ਪਰਿਵਾਰਾਂ ਨੂੰ ਸੁੱਖ ਆਇਆ ਕਿਉਂਕਿ ਲੋਕਾਂ ਨੇ ਸ਼ੁਕਰ ਮਨਾਇਆ ਸੀ ਕਿ ਇਹ ਬੰਦਾ ਉੱਥੋਂ ਚਲਾ ਗਿਆ ਕਿਉਂਕਿ ਕਾਫੀ ਲੋਕਾਂ ਇਸ ਤੋਂ ਪੀੜਤ ਸਨ ਚਾਹੇ ਮੁੰਡੇ ਚਾਹੇ ਕੁੜੀਆਂ ਚਾਹੇ ਮਾਪੇ ਉਹਨਾਂ ਦੇ ਕਾਫੀ ਪੀੜਤ ਸਨ ਔਰ ਇਹ ਜਿਹੜਾ ਵੱਡਾ ਮਸਲਾ ਹੈਗਾ ਉਦੋਂ ਵੀ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਸੀ ਲੇਕਿਨ ਉਹ ਪੁਲਿਸ ਵਾਲਿਆਂ ਵੱਡੇ ਪੁਲਿਸ ਅਧਿਕਾਰੀਆਂ ਨੇ ਸ਼ਿਕਾਇਤਾਂ ਤੇ ਕੋਈ ਸੁਣਵਾਈ ਨਹੀਂ ਕੀਤੀ 24 April 2021 ਨੂੰ Barnale ਦੇ ਵਿੱਚ ਕੁਝ ਖਬਰਾਂ ਛਪੀਆਂ ਨੇ ਪੰਜਾਬੀ ਅਖਬਾਰ ਪਹਿਰੇਦਾਰ ਦੇ ਵਿੱਚ ਤੇ ਇੱਕ Live Punjab News ਜਿਹੜਾ ਪੋਰਟਲ ਆਗਾ ਆਨਲਾਈਨ ਪੋਰਟਲ ਉਹ ਜਿਹੜੇ ਜਗਸੀਰ ਸਿੰਘ ਸਿੰਧੂਣੀ ਬੜੇ ਸੀਨੀਅਰ ਪੱਤਰਕਾਰ ਉਹ ਚਲਾਉਂਦੇ ਨੇ ਉਹਨਾਂ ਨੇ ਰਿਪੋਰਟਾਂ ਵੀ ਖਬਰ ਕੀਤੀਆਂ ਸਨ ਨਸ਼ਰ ਕੀਤੇ ਸਨ ਕਿ April 2021 ਦੇ ਵਿੱਚ Barnale ਦੇ ਵਿੱਚ ਇੱਕ ਅਜਿਹਾ ਗਰੋਹ ਦੇ ਖਿਲਾਫ ਪਰਚਾ ਜਿਹੜਾ ਖੁਦ ਪਹਿਲਾਂ ਭੋਲੇ-ਭਾਲੇ ਲੋਕਾਂ ਨੂੰ ਕੁੜੀਆਂ ਤੋਂ ਫੋਨ ਕਰਵਾਉਂਦੇ ਸੀ ਫਿਰ ਮੁਲਾਕਾਤ ਹੁੰਦੀਆਂ ਸੀ ਫਿਰ ਝੂਠੇ ਬਲਾਤਕਾਰ ਦੇ ਕੇਸ ਦਰਜ ਕੀਤੇ ਜਾਂਦੇ ਸੀ ਫਿਰ ਲੱਖਾਂ ਰੁਪਏ ਲੋਏ ਲਏ ਜਾਂਦੇ ਸੀ ਉਹਨਾਂ ਨੂੰ ਕੇਸ ਰਫਾ-ਦਫਾ ਕਰਾਉਣ ਵਾਸਤੇ ਕਿਸੇ ਕੋ 5 ਲੱਖ ਕਿਸੇ ਕੋ 13 ਲੱਖ ਐਦਾਂ ਦਾ ਇੱਕ ਗਰੋਪ ਬਰਨਾਲੇ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਸੀ ਤੇ ਉਸ ਗਰੋਪ ਦੇ ਵਿੱਚ ਉੱਥੋਂ ਦੇ ਬਰਨਾਲਾ ਦੇ ਵਿਜੀਲੈਂਸ ਵਿਭਾਗ ਦੇ ਉੱਕਾ-ਦੁੱਕਾ ਮੁਲਾਜ਼ਮਾਂ ਕੋਈ ਪੋਲਿਟਿਸ਼ੀਅਨ ਵੀ ਸਨ ਤੇ ਕੋਈ ਥਾਣੇਦਾਰ ਵੀ ਸਨ ਇਹ ਖਬਰਾਂ ਨਸ਼ਰ ਹੋਈਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਸਮੇਂ ਜਿਹੜੇ ਅਗਰ ਐਸਐਸਪੀ ਜਿਹੜੇ ਰਹਿ ਚੁੱਕੇ ਸੀ ਬਰਨਾਲੇ ਉਹ ਅਗਰ ਇਮਾਨਦਾਰੀ ਦੇ ਨਾਲ ਨਿਡਰ ਹੋ ਕੇ ਬਿਨਾਂ ਕਿਸੇ ਪੈਪੀਤ ਚਿਜਕ ਕੇ ਤੇ ਵੱਡੇ ਅਫਸਰਾਂ ਦੀ ਨਾ ਜਿਆਦਾ ਪੂਛ ਮਾਰਦੇ ਤੇ ਲਾਜੂ ਵੀ ਤੌਰ ਤੇ ਉਸ ਸਮੇਂ ਬਹੁਤ ਸਾਰੇ ਬਰਨਾਲਾ ਦੇ ਇਕਾਦੁੱਕਾ ਥਾਣੇਦਾਰ ਵੀ ਜਗਜਗਰ ਹੋ ਜਾਣੇ ਸੀ ਜਿਹੜੇ ਉਸ ਗ੍ਰੋਹ ਦੇ ਨਾਲ ਜੁੜੇ ਸੀ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਹਨੀ ਟਰੈਪ ਰਹੀਂ ਕੁੜੀਆਂ ਦੇ ذریعے ਉਹ ਫਸਾਉਂਦੇ ਸੀ ਫਿਰ ਪੈਸੇ ਵਸੂਲਦੇ ਸਨ ਬਰਨਾਲਾ ਦੇ ਕਈ ਥਾਣੇਦਾਰਾਂ ਦੀ ਇਨਵੋਲਵਮੈਂਟ ਰਹੀ ਸੀ ਲੇਕਿਨ ਉਸ ਤੇ ਪਰਦਾ ਪੈ ਚੁੱਕਾ ਹੈਗਾ ਕਿ ਸ਼ਿਕਾਇਤ ਹੁੰਦੀ ਰਹੀ ਲੇਕਿਨ ਕਈ ਮਹੀਨੇ ਬਾਅਦ ਉਹ ਜਿਹੜੇ ਕੇਸ ਉਹ ਵੀ ਨਹੀਂ ਦਰਜ ਹੁੰਦੇ ਰਹੇ ਨੇ ਪਰ ਇਹ ਬਰਨਾਲਾ ਦੇ ਵਿੱਚ ਇਹ ਐਪੀਸੋਡ ਸੀ ਕਿਉਂਕਿ ਪੁਲਿਸ ਕਿਸੇ ਜ਼ਿਲ੍ਹੇ ਦੀ ਵੀ ਹੋਵੇ ਲੇਕਿਨ ਪੁਲਿਸ ਕਈ ਮਸਲਿਆਂ ਦੇ ਵਿੱਚ ਇੱਕੋ ਜਿਹਾ ਇਹਨਾਂ ਦਾ ਵਰਤਾਰਾ ਚਾਹੇ ਬਰਨਾਲਾ ਵਿੱਚ ਆਏ ਮਾਨਸਾ ਹੋਵੇ ਤੇ ਕਈ ਪੁਲਿਸ ਵਾਲੇ ਬੜੇ ਰੰਗੀਨ ਮਜਾਜ ਦੇ ਵੀ ਹੈਗੇ ਨੇ ਪਰ ਜਿੱਥੋਂ ਤੱਕ ਇਥੋਂ ਦਾ ਜਿਹੜਾ ਮਸਲਾ ਪ੍ਰਿਤਪਾਲ ਸਿੰਘ ਦੀ ਗੱਲ ਕੀਤੀ ਜਾਵੇ ਬਰਨਾਲਾ ਦੇ ਲੋਕ ਤੇ ਮਾਨਸਾ ਦੇ ਲੋਕ ਕਿਉਂਕਿ ਮਾਨਸਾ ਵੀ ਇਹਨਾਂ ਨੂੰ 8-9 ਮਹੀਨੇ ਹੋ ਗਿਆ ਸੀ ਤਨਾਤ ਕੀਤਿਆਂ ਨੂੰ ਹਾਲਾਂਕਿ ਇੱਕ ਹੌਲਦਾਰ ਨੂੰ ਤੁਸੀਂ ਏਡੀ ਵੱਡੀ ਜ਼ਿੰਮੇਵਾਰੀ ਨਹੀਂ ਦੇ ਸਕਦੇ ਇੱਕ ਜਿਹੜੀ ਸੀਆਈ ਬ੍ਰਾਂਚ ਹੁੰਦੀ ਹੈ ਬੜੀ ਇੰਪੋਰਟੈਂਟ ਮਹੱਤਵਪੂਰਨ ਮਹਿਕਮੇ ਨੇ ਸਟੇਟ ਦੇ ਵੀ ਤੇ ਉੱਥੇ ਇੱਕ ਹੌਲਦਾਰ ਨੂੰ ਲਗਾ ਕੇ ਤੁਸੀਂ ਕਾਨੂੰਨ ਦੀ ਲੰਘਣਾ ਕਰ ਰਹੇ ਹੋ ਔਰ ਇਹ ਵੀ ਹੋ ਸਕਦਾ ਹੈ ਕਿ ਕਿਉਂਕਿ ਜਿਹੜੀ ਸੀਆਈ ਬ੍ਰਾਂਚ ਹੁੰਦੀ ਗੈਂਗਸਟਰਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਹੋਰ ਜਿਹੜੇ ਗੈਰ ਸਮਾਜੀ ਅੰਸਰ ਹੁੰਦੇ ਉਹਨਾਂ ਦਾ ਹੋ ਸਕਦਾ ਹੈ ਕਿਸੇ ਵੱਲੇ ਖਾੜਕਵਾ ਨੂੰ ਵੀ ਫੜਦੇ ਹੈਗੇ ਨੇ ਤੇ ਫਿਰ ਜਿਹੜਾ ਕੋਈ ਇਨਸਪੈਕਟਰ ਰੈਂਕ ਦਾ ਅਧਿਕਾਰੀ ਜਾਂ ਵੱਡੇ ਅਧਿਕਾਰੀ ਉਹ ਆਪ ਤੇ ਮੂੰਹ ਮੱਥੇ ਲੱਗਦੇ ਨਹੀਂ ਫਿਰ ਅਜੇਹੇ ਨੂੰ ਹੱਲਾਸ਼ੇਰੀ ਦਿੰਦੇ ਨੇ ਸਟਾਰ ਲਾ ਦਿੰਦੇ ਨੇ ਫੀਤੀਆਂ ਲਾ ਦਿੰਦੇ ਨੇ ਤੇ ਇਹੋ ਜਿਹੇ ਲੋਕ ਫਿਰ ਪ੍ਰਿਤਪਾਲ ਸਿੰਘ ਵਰਗੇ ਚੌੜੇ ਹੋ ਜਾਂਦੇ ਨੇ ਪਰ ਪ੍ਰਿਤਪਾਲ ਸਿੰਘ ਬਾਰੇ ਦੋਨਾਂ ਜ਼ਿਲ੍ਹਿਆਂ 'ਚ ਚਰਚਾ ਕਿ ਇਹ ਕਾਫੀ ਐਸ਼ਪਰਸ ਟੌਰ ਰੱਖਣ ਵਾਲਾ ਸ਼ਕੀਨ ਕਿਸਮ ਦਾ ਥਾਣੇਦਾਰ ਸੀ ਕਿਉਂਕਿ ਥਾਣੇਦਾਰੀ ਮੁਫਤ ਦੇ ਵਿੱਚ ਮਿਲੀ ਨਾ ਬੰਦਾ ਹੌਲਦਾਰ ਸੀ ਹੌਲਦਾਰ ਤੋਂ ਏਸੀ ਬਣ ਗਿਆ ਏਸੀ ਤੋਂ ਥਾਣੇਦਾਰ ਬਣ ਗਿਆ ਤੇ ਆ ਜੇ ਚੋਰਾਂ ਨੂੰ ਨਾਮ ਹੋਰ ਪੈਂਦੇ ਤੇ ਲਾਜ਼ਮੀ ਤੌਰ ਤੇ ਇਹਨਾਂ ਨੇ ਪੰਜ ਸੱਤ ਸਾਲਾਂ ਜੇ ਡੀਐਸਪੀ ਦਾ ਰੈਂਕ ਲੈ ਲੈਣਾ ਸੀ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਇਹ ਰਿਵਾਜ ਰਿਹਾ ਹੁਣ ਵੀ ਚੱਲਦਾ ਹੈਗਾ ਕਿ ਅਸਲੀ ਰੈਂਕ ਹੌਲਦਾਰ ਹੁੰਦਾ ਏਸੀ ਵੀ ਬਣ ਗਏ ਸਬ ਇੰਸਪੈਕਟਰ ਵੀ ਬਣ ਗਏ ਇੰਸਪੈਕਟਰ ਵੀ ਬਣ ਗਏ ਡੀਐਸਪੀ ਵੀ ਬਣ ਗਏ ਜਦੋਂ ਹਰਪੀ ਸਿੰਘ ਸਿੱਧੂ ਹੋਣਾ ਨੇ ਸਭ ਤੋਂ ਪਹਿਲਾਂ ਜਦੋਂ ਕੈਪਟਨ ਮਰਿੰਦਰ ਸਿੰਘ ਨੇ ਐਸਟੀਐਫ ਬਣਾਇਆ ਸੀ ਉਦੋਂ ਇੱਕ ਵਿਵਾਦਿਤ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਫੜਿਆ ਸੀ ਉਹ ਹੈ ਇੰਸਪੈਕਟਰ ਇੰਦਰਜੀਤ ਸਿੰਘ ਦੀ ਤਿੰਨ ਸਟਾਰ ਲੱਗੇ ਸੀ ਪਰ ਜਦੋਂ ਉਹਦੀ ਵਹੀ ਖਾਤਾ ਫੋਲਿਆ ਗਿਆ ਘਰੋਂ ਅਸਾਲਟਾਂ ਮਿਲੀਆਂ ਹਾਲਾਂਕਿ ਪਰਚੇ ਵੱਡੇ ਵੱਡੇ ਦਰਜੋਂ ਨਿਚੇ ਦੇ ਲੇਕਿਨ ਉਹਦੇ ਵੀ ਮਾਈ ਬਾਪ ਪੁਲਿਸ ਹੈੱਡ ਕੁਆਟਰ ਚ ਬੈਠੇ ਸੀ ਤੇ ਉਹ ਬਾਅਦ ਚ ਹੌਲਦਾਰ ਨਿਕਲਿਆ ਕਿਉਂਕਿ ਆਰਜੀ ਰੈਂਕ ਦਿੱਤੇ ਹੋਏ ਨੇ ਉਹ ਵੀ ਉਹਦੇ ਖਿਲਾਫ ਵੀ ਪਰਚੇ ਦੇ ਦਰਜ ਹੋ ਗਏ ਲੇਕਿਨ ਕਾਰਵਾਈ ਨਹੀਂ ਕੀਤੀ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਤੇ ਸ਼ਾਇਦ ਪ੍ਰਤਾਪਾਲ ਸਿੰਘ ਵੀ ਇਦਾਂ ਦੀ ਕੜੀ ਹੋਵੇ ਕਿ ਇਹਦੇ ਵੀ ਜਿਹੜੇ ਵਾਲੀ ਵਾਰਸ ਨੇ ਉਹ ਪਤਾ ਨਹੀਂ ਬਰਨਾਲੇ ਬੈਠੇ ਨੇ ਮਾਨਸਾ ਬੈਠੇ ਨੇ ਜਾਂ ਫਿਰ ਪੁਲਿਸ ਹੈੱਡਕਵਾਰਟਰ 'ਚ ਬੈਠੇ ਨੇ ਜਿਹੜੀ ਐਡੀ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਹੋਈ ਤੇ ਜਿਹੜਾ ਇੱਕ ਗੈਂਗਸਟਰ ਨੂੰ ਕੁੜੀਆਂ ਨਾਲ ਮਿਲਾਉਂਦਾ ਫਿਰਦਾ ਹੈਗਾ ਇੱਕ ਕਮਰੇ ਦੇ ਵਿੱਚ ਗੈਂਗਸਟਰ ਤੇ ਉਹਦੀ ਸਹੇਲੀ ਸੁੱਤੀ ਹੋਈ ਦੂਜੇ ਕਮਰੇ 'ਚ ਇਹ ਸੁੱਤਾ ਹੈ ਹੁਣ ਉਸ ਦਾ ਵੀ ਰਿਕਾਰਡ ਦੇਖਣਾ ਪਏਗਾ ਕਿ ਇਹ ਉਸ ਦਿਨ ਕੱਲਾ ਸੀ ਕਿ ਜਾਂ ਉਸ ਕਮਰੇ ਦੇ ਵਿੱਚ ਇਸ ਥਾਣੇਦਾਰਨ ਦੇ ਨਾਲ ਵੀ ਕੋਈ ਹੋਰ ਪੁਲਿਸ ਵਾਲੇ ਜਾਂ ਹੋਰ ਲੋਕ ਸਨ ਇਸ ਸ਼ੱਕ ਦੇ ਦਾਰੇ ਵਿੱਚ ਆ ਪਰ ਕੁੱਲ ਮਿਲਾ ਕੇ ਕਹਿ ਸਕਦੇ ਕਿ ਇਹ ਪੁਲਿਸ ਦੇ ਜਿਹੜੇ ਵੱਡੇ ਅਧਿਕਾਰੀ ਨੇ ਜਾਂ ਮਾਨਸਾ ਪੁਲਿਸ ਦੇ ਅਧਿਕਾਰੀ ਨੇ ਜਾਂ ਹੋਰ ਲੋਕ ਨੇ ਉਹ ਜਿਨ੍ਹਾਂ ਨੇ ਇਹਨੂੰ ਲਾੜ ਬਣਾਇਆ ਸੀ ਉਹ ਲਾੜ ਲੈ ਨੇ ਚੰਦ ਚਾੜ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ